ਸਤਿ ਸ਼੍ਰੀ ਅਕਾਲ ਦੋਸਤੋ। ਇਸ ਤੋਂ ਪਹਿਲਾਂ ਕਿ ਤੁਹਾਨੂੰ ਵੀਡੀਓ ਵੱਲ ਅੱਗੇ ਲੈ ਕੇ ਚੱਲੀਏ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਅਕਸਰ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ। ਇਸੇ ਤਰ੍ਹਾਂ ਹੀ ਇਸ ਵੇਲੇ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਵੀਡੀਓ ਜਲੰਧਰ ਦੀ ਦੱਸੀ ਜਾ ਰਹੀ ਹੈ ਅਤੇ ਦੱਸਦੀ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਵੀ ਕੁਝ ਖਾਸ ਹੈ, ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਬੰਦੇ ਦੇ ਨਾਲ ਦੋ ਔਰਤਾਂ ਲੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਤਾਂ ਚੂੜਾ ਵੀ ਪਾਇਆ ਹੋਇਆ। ਅਤੇ ਜਦੋਂ ਇਸ ਵੀਡੀਓ ਦੇ ਬਾਰੇ ਵਾਇਰਲ ਹੋਣ ਦਾ ਕਾਰਨ ਸਪਸ਼ਟ ਹੋਇਆ ਤਾਂ ਪਤਾ ਲੱਗਿਆ ਕਿ ਇਹ ਸ਼ਖਸ ਹੋਟਲ ਦੇ ਵਿੱਚ ਇੱਕ ਲੜਕੀ ਦੇ ਨਾਲ ਰੰਗੇ ਹੱਥੀਂ ਫੜਿਆ ਗਿਆ ਅਤੇ ਇਸ ਨੂੰ ਰੰਗੇ ਹੱਥੀਂ ਹੋਟਲ ਦੇ ਕਮਰੇ ਦੇ ਵਿੱਚ ਗਲਤ ਹਾਲਤ ਦੇ ਵਿੱਚ ਫੜਿਆ ਉਸ ਦੀਆਂ ਪਤਨੀਆਂ ਨੇ। ਜੀ ਹਾਂ ਦੋਸਤੋ, ਪਤਨੀ ਨੇ ਨਹੀਂ, ਪਤਨੀਆਂ ਨੇ। ਦੱਸਿਆ ਜਾ ਰਿਹਾ ਕਿ ਇਸ ਸ਼ਖਸ ਦੇ ਪਹਿਲਾਂ ਵੀ ਦੋ ਵਿਆਹ ਹੋਏ ਹੋਏ ਸਨ ਅਤੇ ਹੁਣ ਇਹ ਇੱਕ ਤੀਜੀ ਕੁੜੀ ਦੇ ਨਾਲ ਹੋਟਲ ਦੇ ਕਮਰੇ ਦੇ ਵਿੱਚ ਇਤਰਾਜ਼ਯੋਗ ਹਾਲਤ ਦੇ ਵਿੱਚ ਉਸ ਦੀਆਂ ਦੋਨੋਂ ਪਤਨੀਆਂ ਵੱਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ, ਜਿਸ ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਦੇ ਇਸ ਤਰ੍ਹਾਂ ਦੀਆਂ ਚਾਲ ਚਤਰਨ 'ਤੇ ਕੁਝ ਸਮੇਂ ਤੋਂ ਕਾਫੀ ਜ਼ਿਆਦਾ ਸ਼ੱਕ ਹੋ ਰਿਹਾ ਸੀ। ਅਤੇ ਦੋਸਤੋ ਦੱਸ ਦਈਏ ਕਿ ਉੱਥੇ ਸਮਾਜ ਦਾ ਇਹ ਹਾਸੋਹੀਣਾ ਰੂਪ ਵੀ ਸਾਹਮਣੇ ਆਇਆ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ 'ਤੇ ਫੇਮਸ ਹੋਣ ਦੇ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੋਕਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਇੱਕ ਸ਼ਖਸ ਜੋ ਕਿ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਸ ਕਰਕੇ ਵਾਇਰਲ ਹੋਇਆ ਸੀ ਕਿਉਂਕਿ ਉਸਦੇ ਦੋ ਵਿਆਹ ਹੋਏ ਹੋਏ ਸੀ, ਪਰ ਇੰਨਾ ਜ਼ਿਆਦਾ ਲੋਕਾਂ ਵੱਲੋਂ ਉਸਨੂੰ ਦੇਖਿਆ ਜਾਂਦਾ ਸੀ, ਇੰਨਾ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਅਤੇ ਲੋਕਾਂ ਵੱਲੋਂ ਤਾਂ ਇਹ ਕਿਹਾ ਜਾਂਦਾ ਸੀ ਕਿ ਉਹ ਉਸਦੇ ਫੈਨ ਹਨ। ਫੈਨ ਕਿਹੜੀ ਗੱਲ ਦੇ ਨੇ, ਹਾਲਾਂਕਿ ਇਹ ਤਾਂ ਸਪਸ਼ਟ ਨਹੀਂ ਕੀਤਾ, ਪਰ ਇਹ ਕਾਰਨ ਕਰਕੇ ਕਿਤੇ ਨਾ ਕਿਤੇ ਹੋਰਨਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਫੇਮਸ ਹੋਣ ਦਾ ਇੱਕ ਤਰੀਕਾ ਲੱਭ ਗਿਆ। ਜਿਸ ਤੋਂ ਬਾਅਦ ਇੱਕਾ ਦੁੱਕਾ ਹੋਰ ਘਟਨਾਵਾਂ ਵੀ ਸਾਹਮਣੇ ਆਈਆਂ, ਜਿਸ ਦੇ ਵਿੱਚ ਇੱਕ ਦੋ ਬੰਦਿਆਂ ਨੇ ਹੋਰ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹਨਾਂ ਦੇ ਦੋ ਵਿਆਹ ਹੋਏ ਹੋਏ ਹਨ। ਹਾਲਾਂਕਿ ਇਹ ਕਾਰਨ ਫੇਮਸ ਹੋਣ ਦੇ ਵਿੱਚ ਲੋਕਾਂ ਨੂੰ ਕੋਈ ਜ਼ਿਆਦਾ ਸੌਖਾ ਤਰੀਕਾ ਨਹੀਂ ਲੱਭਿਆ, ਕਿਉਂਕਿ ਪਹਿਲੀ ਪਤਨੀ ਦੇ ਹੁੰਦੇ ਦੂਜਾ ਵਿਆਹ ਕਰਾਉਣਾ ਹਰ ਇੱਕ ਨੂੰ ਰਾਸ ਨਹੀਂ ਆਇਆ, ਜਾਂ ਫਿਰ ਕਹਿ ਦਿਓ ਹਰ ਇੱਕ ਦਾ ਬਸ ਨਹੀਂ ਚੱਲਿਆ, ਨਹੀਂ ਤਾਂ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਦੋ ਦੋ ਵਿਆਹ ਕਰਵਾ ਲੈਣੇ ਸਨ। ਪਰ ਇਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਜਲੂਸ ਕੱਢਣਾ ਵੀ ਆਮ ਜਿਹੀ ਗੱਲ ਹੋ ਗਈ ਹੈ, ਜਦੋਂ ਆਪਣੇ ਕਿਸੇ ਵੀ ਘਰੇਲੂ ਝਗੜੇ ਜਾਂ ਫਿਰ ਇਸ ਤਰ੍ਹਾਂ ਦੀ ਕਰਤੂਤ ਦੀ ਉਹ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਬਣਾ ਕੇ ਪਾਉਂਦੇ ਹਨ, ਅਤੇ ਕਈ ਲੋਕ ਤਾਂ ਖੁਦ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਿੱਥੇ ਉਹਨਾਂ ਦੀ ਮਨਸਾ ਹੁੰਦੀ ਹੈ ਕਿ ਲੋਕ ਉਹਨਾਂ ਨੂੰ ਮੰਦਾ ਬੋਲਣ, ਉਹਨਾਂ ਨੂੰ ਗਾਲਾਂ ਕੱਢਣ। ਸੋ ਅਜਿਹੇ ਲੋਕਾਂ ਬਾਰੇ ਤੁਸੀਂ ਕੀ ਕਹੋਗੇ ਜੋ ਇਸ ਤਰ੍ਹਾਂ ਆਪਣੀਆਂ ਪਤਨੀਆਂ ਨੂੰ ਦਿਖਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੀ ਕੋਸ਼ਿਸ਼ ਕਰਦੇ ਨੇ, ਜਾਂ ਫਿਰ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਨੇ ਜਿਵੇਂ ਇਸ ਸ਼ਖਸ ਵੱਲੋਂ ਦੋ ਵਿਆਹ ਕਰਵਾ ਕੇ ਤੀਜੀ ਕੁੜੀ ਦੇ ਨਾਲ ਹੋਟਲ ਦੇ ਕਮਰੇ ਦੇ ਵਿੱਚ ਕੁਝ ਗਲਤ ਹਰਕਤਾਂ ਕੀਤੀਆਂ ਜਾ ਰਹੀਆਂ ਸਨ। ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਵਾਇਰਲ ਹੋ ਰਹੀ ਵੀਡੀਓ ਵੱਲ। ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ। ਕੌਣ ਹੈ?